ਅਸ਼ਵਿਨ ਦੀ ਪਹਿਲੀ ਗੇਂਦ ਥੋੜੀ ਫਲਾਈਟਿਡ, ਔਸਟਮ ਉੱਤੇ ਗੇਂਦ ਟੱਪਾ ਪਿਆ, ਥੋੜੀ ਟਰਨ ਹੋਈ, ਸਟੀਵਨ ਸਮਿਥ ਫਰੰਟ ਫੁੱਟ ਤੇ ਆਏ, ਸ਼ਾਨਦਾਰ ਡਰਾਈਵ ਲਗਾਇਆ, ਗੇਂਦ ਬਾਉਂਡਰੀ ਲਾਈਨ ਦੇ ਬਾਹਰ, 4 ਰਨ। ਕੁਝ ਇਸ ਤਰੀਕੇ ਦੇ ਨਾਲ ਰੇਡੀਓ ਦੀ ਕਮੈਂਟਰੀ ਹੁੰਦੀ ਹੈ, ਦਰਸ਼ਕਾਂ ਨੂੰ ਅੱਖੀ ਡਿੱਠਾ ਹਾਲ ਸੁਣਾਉਣਾ ਅਤੇ ਨਾਲ ਇਹ ਵੀ ਦੱਸਣਾ ਅਤੇ ਇਹ ਵੀ ਮਹਿਸੂਸ ਕਰਾਉਣਾ ਕਿ ਤੁਸੀਂ ਜਿਵੇਂ ਸਟੇਡੀਅਮ ਵਿੱਚ ਹੀ ਹੋ ਅਤੇ ਗੇਮ ਦਾ ਆਨੰਦ ਲੈ ਰਹੇ ਹੋ। ਟੀਵੀ ਦੀ ਕਮੈਂਟਰੀ ਥੋੜ੍ਹੀ ਡਿਫਰੈਂਟ ਹੁੰਦੀ ਹੈ, ਉਸਦੇ ਵਿੱਚ ਸਮੀਖਿਆ ਵੱਧ ਹੁੰਦੀ ਹੈ, ਪਰ ਹਾਂ ਟੀਵੀ ਹੋਵੇ ਜਾਂ ਰੇਡੀਓ, ਖੇਡ, ਖਿਡਾਰੀ, ਨਿਯਮ ਸਣੇ ਕਮੈਂਟਰੀ ਵੀ ਖੇਡ ਦਾ ਇੱਕ ਅਹਿਮ ਰੰਗ ਹੁੰਦਾ ਹੈ। ਖੇਡ ਕਮੈਂਟਰੀ ਕੀ ਹੁੰਦੀ ਹੈ, ਇੱਕ ਕਮੈਂਟੇਟਰ ਵਿੱਚ ਕਿਹੜੀਆਂ ਖੂਬੀਆਂ ਹੋਣੀਆਂ ਚਾਹੀਦੀਆਂ ਨੇ, ਇਸ ਵੀਡੀਓ ਵਿੱਚ ਅਸੀਂ ਦੱਸ ਰਹੇ ਹਾਂ। ਮੈਂ ਹਾਂ ਜਸਪਾਲ ਸਿੰਘ। ਕਮੈਂਟਰੀ ਦੇ ਜ਼ਰੂਰੀ ਗੁਣਾਂ ਨੂੰ ਜਾਣਨ ਦੇ ਲਈ ਅਸੀਂ ਦੋ ਮਾਹਿਰਾਂ ਦੇ ਨਾਲ ਗੱਲ ਕੀਤੀ। ਪਹਿਲੇ ਰਮਨ ਪਨੌਤ, ਜਿਨ੍ਹਾਂ ਨੂੰ ਕਮੈਂਟਰੀ ਦੀ ਦੁਨੀਆ ਵਿੱਚ 2 ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਇਸ ਦੇ ਨਾਲ ਹੀ ਅਸੀਂ ਨੀਤੀ ਰਾਵਤ ਦੇ ਨਾਲ ਗੱਲ ਕੀਤੀ, ਜੋ ਸਾਬਕਾ ਵਾਲੀਬਾਲ ਖਿਡਾਰਨ ਹਨ ਅਤੇ NBA ਵਰਗੇ ਟੂਰਨਾਮੈਂਟ ਦੇ ਲਈ ਹਿੰਦੀ ਕਮੈਂਟਰੀ ਕਰ ਚੁੱਕੇ ਨੇ। ਰਮਨ ਮੰਨਦੇ ਹਨ ਕਿ ਕਮੈਂਟਰੀ ਦੇ ਲਈ ਸਭ ਤੋਂ ਅਹਿਮ ਹੈ ਖੇਡ ਦੀ ਸਮਝ, ਕਿਉਂਕਿ ਹਰ ਖੇਡ ਦੇ ਲਈ ਕਮੈਂਟਰੀ ਦਾ ਤਰੀਕਾ ਡਿਫਰੈਂਟ ਹੁੰਦਾ ਹੈ। ਤੁਹਾਨੂੰ ਚੰਗੀ ਕਮੈਂਟਰੀ ਦੇ ਲਈ ਚੰਗੀ ਖੇਡ ਦੀ ਸਮਝ ਹੋਣੀ ਚਾਹੀਦੀ ਹੈ। ਜੇ ਤੁਹਾਨੂੰ ਖੇਡ ਬਾਰੇ ਨਹੀਂ ਪਤਾ ਹੋਏਗਾ ਤਾਂ ਬੋਲੋਗੇ ਕੀ, ਅਤੇ ਕਮੈਂਟਰੀ ਬੋਲਣ ਦਾ ਹੀ ਖੇਡ ਹੈ। ਰਮਨ ਮੁਤਾਬਕ ਦੂਜਾ ਸਭ ਤੋਂ ਅਹਿਮ ਗੁਰ ਹੈ ਸ਼ਬਦਕੋਸ਼। ਜਿਸ ਭਾਸ਼ਾ ਵਿੱਚ ਤੁਸੀਂ ਕਮੈਂਟਰੀ ਕਰ ਰਹੇ ਹੋ ਉਸ ਭਾਸ਼ਾ ਵਿੱਚ ਖੇਡ ਨਾਲ ਜੁੜਿਆ ਸ਼ਬਦਕੋਸ਼ ਤੁਹਾਡੇ ਕੋਲ ਕਾਫੀ ਚੰਗਾ ਹੋਣਾ ਚਾਹੀਦਾ ਹੈ। ਮੇਰੇ ਕਹਿਣ ਦਾ ਮਤਲਬ ਕੋਈ ਬੁੱਕ ਨਹੀਂ ਕਿ ਤੁਸੀਂ ਸ਼ਬਦਕੋਸ਼ ਖੋਲ੍ਹ ਕੇ ਬੈਠ ਜਾਓ। ਮੇਰੇ ਕਹਿਣ ਦਾ ਮਤਲਬ ਹੈ ਕਿ ਸ਼ਬਦਕੋਸ਼ ਯਾਨੀ ਤੁਹਾਡੇ ਕੋਲ ਅਜਿਹੇ ਸ਼ਬਦ ਹੋਣੇ ਚਾਹੀਦੇ ਨੇ ਜਿਸ ਨਾਲ ਤੁਸੀਂ ਲੋਕਾਂ ਨੂੰ ਆਪਣੀ ਗੱਲ ਸਮਝਾ ਸਕੋ। ਤੀਜਾ ਗੁਣ ਹੈ ਤੁਹਾਡੀ ਆਵਾਜ਼। ਤੁਹਾਡੀ ਆਵਾਜ਼ ਹਮੇਸ਼ਾ ਗੇਮ ਦੀ ਲੈਅ ਨਾਲ ਮੈਚ ਕਰਨੀ ਚਾਹੀਦੀ ਹੈ। ਇੱਥੇ ਵੀ ਖੇਡ ਦੀ ਸਮਝ ਹੀ ਕੰਮ ਆਉਂਦੀ ਹੈ, ਕਿਉਂਕਿ ਕੁਝ ਖੇਡਾਂ ਦੇ ਲਈ ਕਮੈਂਟਰੀ ਉੱਚੇ ਸੁਰ ਵਿੱਚ ਕਰਨੀ ਪੈਂਦੀ ਹੈ ਅਤੇ ਕੁਝ ਖੇਡਾਂ ਲਈ ਕਮੈਂਟਰੀ ਦਾ ਸੁਰ ਨੀਵਾਂ ਹੁੰਦਾ ਹੈ। ਰਮਨ ਇਹਨਾਂ ਤਿੰਨਾਂ ਗੁਰੂਆਂ ਤੋਂ ਇਲਾਵਾ ਇੱਕ ਹੋਰ ਗੁਰੂ ਵੱਲ ਧਿਆਨ ਦੇਣ ਨੂੰ ਕਹਿੰਦੇ ਨੇ, ਉਹ ਹੈ ਖੇਡਾਂ ਦੇ ਨਿਯਮ। ਤੁਹਾਨੂੰ ਕਮੈਂਟਰੀ ਦੇ ਲਈ ਖੇਡਾਂ ਦੇ ਨਿਯਮਾਂ ਬਾਰੇ ਚੰਗੀ ਜਾਣਕਾਰੀ ਹੋਣੀ ਚਾਹੀਦੀ ਹੈ। ਜਿਵੇਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕ੍ਰਿਕਟ ਵਿੱਚ ਸਲਿਪ ਕਿੱਥੇ ਹੁੰਦੀ ਹੈ, ਪੁਆਇੰਟ ਕਿੱਥੇ ਹੁੰਦਾ ਹੈ, ਗਲੀ ਕਿੱਥੇ ਹੁੰਦੀ ਹੈ। ਇਹ ਨਾ ਹੋਵੇ ਵਿਕਟ ਡਿੱਗ ਜਾਏ ਅਤੇ ਤੁਸੀਂ ਗਲੀਆਂ ਹੀ ਲੱਭਦੇ ਰਹੋ। ਕਮੈਂਟੇਟਰ ਤਿਆਰੀ ਕਿਵੇਂ ਕਰਦੇ ਨੇ? ਰਮਨ ਦੱਸਦੇ ਨੇ ਕਿ ਹੋਮਵਰਕ ਦਾ ਕੋਈ ਬਦਲ ਨਹੀਂ ਹੈ, ਤੁਹਾਨੂੰ ਚੰਗੀ ਕਮੈਂਟਰੀ ਦੇ ਲਈ ਚੰਗਾ ਹੋਮਵਰਕ ਕਰਨਾ ਹੋਏਗਾ। ਪਰਦੇ ਦੇ ਪਿੱਛੇ ਕੀਤਾ ਕੰਮ ਪਰਦੇ ਉੱਤੇ ਸਾਫ਼ ਨਜ਼ਰ ਆਉਂਦਾ ਹੈ। ਰਮਨ ਕਹਿੰਦੇ ਨੇ ਕਿ ਜਿਵੇਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਖਿਡਾਰੀ ਦਾ ਨਾਂ ਕਿਸ ਤਰੀਕੇ ਦੇ ਨਾਲ ਬੋਲਣਾ ਹੈ। ਮੈਚ ਦੀ ਤਿਆਰੀ ਬਾਰੇ ਨੀਤੀ ਰਾਵਤ ਕਹਿੰਦੇ ਨੇ ਕਿ ਜਿਵੇਂ ਉਹ ਬਾਸਕਟਬਾਲ ਦੇ ਕਿਸੇ ਮੈਚ ਦੇ ਲਈ ਕਮੈਂਟਰੀ ਕਰਨ ਜਾ ਰਹੇ ਨੇ ਤਾਂ ਉਹ ਇਹ ਦੇਖਦੇ ਨੇ ਕਿ ਹਾਲ ਫਿਲਹਾਲ ਵਿੱਚ ਕਿਹੜੇ ਮੈਚ ਹੋਏ ਨੇ ਅਤੇ ਕਿਹੜੇ ਅਹਿਮ ਖਿਡਾਰੀ ਕਿਹੜੀ ਕਿਹੜੀਆਂ ਟੀਮਾਂ ਵਿੱਚ ਹਨ। ਇਸ ਦੇ ਨਾਲ ਹੀ ਉਹ ਆਪਣੀ ਤਿਆਰੀ ਵਿੱਚ ਨਾਵਾਂ ਦੀ ਪ੍ਰੋਨੰਸੀਏਸ਼ਨ ਬਾਰੇ ਵੀ ਕੰਮ ਜ਼ਰੂਰ ਕਰਦੇ ਨੇ। ਕੁੱਲ ਮਿਲਾ ਕੇ ਤਿਆਰੀ ਇੱਕ ਕਮੈਂਟੇਟਰ ਦੀ ਇੰਨੀ ਹੋਣੀ ਚਾਹੀਦੀ ਹੈ ਕਿ ਜੇ ਮੀਂਹ ਪੈ ਜਾਵੇ ਅਤੇ ਉਸ ਕੋਲ ਬੋਲਣ ਦੇ ਲਈ ਇੰਨੀ ਜਾਣਕਾਰੀ ਹੋਏ ਕਿ ਜਦ ਤੱਕ ਮੀਂਹ ਖਤਮ ਨਾ ਹੋਵੇ ਉਹ ਬੋਲਦਾ ਰਹੇ। ਕਿ ਕਮੈਂਟਰੀ ਦੇ ਲਈ ਖੇਡ ਨੂੰ ਖੇਡਣਾ ਵੀ ਜ਼ਰੂਰੀ ਹੈ। ਰਮਨ ਕਹਿੰਦੇ ਨੇ ਕਿ ਜੇ ਤੁਸੀਂ ਕਮੈਂਟਰੀ ਨਾਲ ਜੁੜੇ ਹੋ, ਖੇਡ ਨਾਲ ਜੁੜੇ ਹੋ, ਤਾਂ ਇਹ ਤਾਂ ਜ਼ਾਹਿਰ ਜੀ ਗੱਲ ਹੈ ਕਿ ਤੁਹਾਡੀ ਉਸਦੇ ਵਿੱਚ ਦਿਲਚਸਪੀ ਹੋਏਗੀ ਅਤੇ ਕਿਤੇ ਨਾ ਕਿਤੇ ਤੁਸੀਂ ਉਸਨੂੰ ਖੇਡਿਆ ਹੋਏਗਾ। ਰਮਨ ਮੰਨਦੇ ਹਨ ਕਿ ਚੰਗੀ ਕਮੈਂਟਰੀ ਦੀ ਸਮਝ ਦੇ ਲਈ ਤੁਹਾਨੂੰ
ਖੇਡ ਨੂੰ ਕਿਸੇ ਨਾ ਕਿਸੇ ਲੈਵਲ 'ਤੇ ਖੇਡਣਾ ਕੰਮ ਆਉਂਦਾ ਹੈ। ਨੀਤੀ ਵੀ ਇਸ ਗੱਲ ਨਾਲ ਸਹਿਮਤ ਦਿਖਾਈ ਦਿੰਦੇ ਨੇ। ਉਹ ਸਾਬਕਾ ਵਾਲੀਬਾਲ ਖਿਡਾਰਨ ਹਨ ਅਤੇ ਉਹ ਕਹਿੰਦੇ ਨੇ ਕਿ ਉਹਨਾਂ ਦਾ ਖੇਡਣ ਦਾ ਤਜਰਬਾ ਉਹਨਾਂ ਦੀ ਕਮੈਂਟਰੀ ਵਿੱਚ ਕਾਫੀ ਕੰਮ ਆਉਂਦਾ ਹੈ। ਓ ਯਾਰ, ਛੱਡ ਤਾ ਕੈਚ ਅਤੇ ਗਿਆ ਮੈਚ। ਬਈ, ਖੇਡ ਤਾਂ ਜਜ਼ਬਾਤਾਂ ਨਾਲ ਜੁੜਿਆ ਹੁੰਦਾ ਹੈ। ਜੇ ਇੱਕ ਕਮੈਂਟੇਟਰ ਦੇ ਮਨ ਵਿੱਚ ਜਜ਼ਬਾਤ ਉਛਾਲੇ ਮਾਰ ਰਹੇ ਹੋਣ ਤਾਂ ਉਸਨੂੰ ਕੀ ਕਰਨਾ ਚਾਹੀਦਾ ਹੈ? ਇਸ ਬਾਰੇ ਅਸੀਂ ਸੀਨੀਅਰ ਖੇਡ ਪੱਤਰਕਾਰ ਅਤੇ ਕਮੈਂਟੇਟਰ ਆਦੇਸ਼ ਕੁਮਾਰ ਗੁਪਤ ਨਾਲ ਗੱਲ ਕੀਤੀ। ਉਹ ਕਹਿੰਦੇ ਹਨ ਕਿ ਕਮੈਂਟੇਟਰ ਨੂੰ ਹਰ ਹਾਲਾਤ ਵਿੱਚ ਨਿਰਪੱਖ ਰਹਿਣਾ ਚਾਹੀਦਾ ਹੈ, ਭਾਵੇਂ ਉਸਦੀ ਟੀਮ ਜਿੱਤ ਰਹੀ ਹੋਵੇ ਜਾਂ ਹਾਰ ਰਹੀ ਹੋਵੇ। ਉਸਨੂੰ ਉਹੀ ਦੱਸਣਾ ਹੈ ਜੋ ਮੈਚ ਵਿੱਚ ਹੋ ਰਿਹਾ ਹੈ। ਉਸਨੂੰ ਆਲੋਚਨਾ ਅਤੇ ਤਾਰੀਫ ਦੇ ਵਿਚਾਲੇ ਵੀ ਇੱਕ ਪ੍ਰੋਪਰ ਬੈਲੈਂਸ ਬਣਾਉਣ ਦੀ ਜ਼ਰੂਰਤ ਹੁੰਦੀ ਹੈ। ਖੇਡ ਦੇ ਵਿਸਥਾਰ ਦੇ ਨਾਲ ਔਰਤਾਂ ਲਈ ਵੀ ਕਮੈਂਟਰੀ ਦੇ ਮੌਕੇ ਵਧੇ ਨੇ। ਹੁਣ ਤੁਹਾਨੂੰ ਵੀ ਕਈ ਮੈਚਾਂ ਵਿੱਚ ਔਰਤਾਂ ਦੀ ਆਵਾਜ਼ ਬਤੌਰ ਕਮੈਂਟੇਟਰ ਸੁਣਾਈ ਦਿੰਦੀ ਹੋਏਗੀ। ਨੀਤੀ ਇਸ ਬਾਰੇ ਕਹਿੰਦੇ ਨੇ ਕਿ ਭਾਵੇਂ ਔਰਤਾਂ ਦੀ ਆਵਾਜ਼ ਨੂੰ ਖੇਡਾਂ ਦੀ ਕਮੈਂਟਰੀ ਦੇ ਲਈ ਪ੍ਰਵਾਨ ਤਾਂ ਕਰ ਲਿਆ ਗਿਆ ਹੈ, ਪਰ ਅਜੇ ਵੀ ਔਰਤਾਂ ਦੀ ਖੇਡ ਬਾਰੇ ਜਾਣਕਾਰੀ ਨੂੰ ਲੈ ਕੇ ਭਰੋਸੇ ਦੀ ਕਮੀ ਹੈ। ਅੱਜ ਇਸ ਬਾਰੇ ਕਾਫੀ ਕੰਮ ਕਰਨ ਦੀ ਲੋੜ ਹੈ। ਆਸ ਕਰਦੇ ਹਾਂ ਕਿ ਸਪੋਰਟਸ ਕਮੈਂਟਰੀ ਬਾਰੇ ਸਾਡੀ ਇਹ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋਏਗੀ। ਅਤੇ ਜੇ ਤੁਹਾਡਾ ਵੀ ਸੁਪਨਾ ਸਪੋਰਟਸ ਕਮੈਂਟੇਟਰ ਬਣਨ ਦਾ ਹੈ ਤਾਂ ਤੁਸੀਂ ਇਹਨਾਂ ਗੁਰਾਂ ਨੂੰ ਜ਼ਰੂਰ ਧਿਆਨ ਵਿੱਚ ਰੱਖੋਗੇ। ਦੇਸ਼ ਵਿਦੇਸ਼ ਦੀਆਂ ਹੋਰ ਅਹਿਮ ਖਬਰਾਂ ਦੇ ਲਈ ਤੁਸੀਂ bbc.com/punjabi ਤੇ ਜ਼ਰੂਰ ਹੋ। ਇਸ ਦੇ ਨਾਲ ਹੀ ਤੁਸੀਂ ਸਾਨੂੰ ਸੋਸ਼ਲ ਮੀਡੀਆ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੇ ਫੇਸਬੁੱਕ ਪੇਜ ਨੂੰ ਲਾਈਕ ਕਰੋ, ਇੰਸਟਾ ਨੂੰ ਫੋਲੋ ਕਰੋ, ਐਕਸ 'ਤੇ ਵੀ ਜ਼ਰੂਰ ਆਓ ਅਤੇ ਇਸ ਦੇ ਨਾਲ ਹੀ ਸਾਡੇ ਯੂਟਿਊਬ ਪੇਜ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ। ਧੰਨਵਾਦ।